ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ। ਅੱਜ ਉੱਥੇ ਨਵੀਂ ਬਿਲਡਿੰਗ, ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦਾ ਲੈਂਟਰ ਪੈ ਰਿਹਾ, ਅਤੇ ਵੇਖ ਕੇ ਮੈਂ ਵੀ ਸੇਵਾ ਕਰਨ ਆਇਆ ਸੀ, ਪਰ ਮੈਂ ਵੇਖ ਕੇ ਹੈਰਾਨ ਹੋ ਗਿਆ ਵੀ ਇੱਕ ਮਿੰਟ ਲਈ ਬਾਟਾ ਚੁੱਕਣ ਲਈ ਵੀ ਜਗ੍ਹਾ ਨਹੀਂ ਹੈਗੀ। ਆਪ ਸਭ ਸੰਗਤਾਂ ਦੇਖੋ, ਇਹ ਸੰਗਤਾਂ ਦੇ ਵਾਹਨ ਨੇ ਮੋਟਰਸਾਈਕਲ, ਇਹਦੇ ਕਾਰਾਂ ਮੋਟਰਸਾਈਕਲ ਵੀ ਆ। ਪਤਾ ਸੰਗਤਾਂ ਦਰਸ਼ਨ ਕਰਾਉਂਦੇ ਹਾਂ, ਦੇਖੋ ਫਰੀ ਵਿੱਚ ਸੇਵਾ ਕਰਨ ਆਏ ਆ, ਕੋਈ ਇਹਨਾਂ ਨੇ ਦਿਹਾੜੀ ਨਹੀਂ ਲੈਣੀ, ਅਤੇ ਸ਼ਰਧਾ ਵੇਖੋ ਕਿੰਨੀ ਜ਼ਿਆਦਾ ਜ਼ਬਰਦਸਤ ਆ। ਸਾਰਾ ਕਵਰ ਮੈਂ ਕਵਰ ਕਰ ਦਿੰਦਾ ਇੱਕ ਵਾਰੀ। ਆਹ ਮੇਰੇ ਨਾਲ ਆਏ ਸੀ ਵੀਰ ਜੀ, ਪਰ ਜਗ੍ਹਾ ਨਹੀਂ ਮਿਲ ਰਹੀ। ਉਦੋਂ ਕਰ ਦਈਏ, ਪਹਿਲੇ ਪਹਿਲਾਂ ਕਰ ਦਈਏ। ਮਿੱਠੇ ਜਲ ਦੀ ਛੁੱਟੀ ਹੈਗੀ, ਸੁੱਕਾ ਜਲ ਵੀ ਚੱਲ ਰਿਹਾ, ਮਿੱਠਾ ਜਲ ਵੀ ਚੱਲ ਰਿਹਾ। ਇਹ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਜੀ ਨਾਲ ਲਿੰਕਡ ਆ। ਇੱਥੇ ਇੱਕ ਕੋੜੇ ਦਾ ਕੋਹੜ ਦੂਰ ਕੀਤਾ ਸੀ ਗੁਰੂ ਸਾਹਿਬ ਨੇ, ਅਤੇ ਉਦੋਂ ਦਾ ਗੁਰਦੁਆਰਾ ਇੱਥੇ ਤੋਂ ਚੱਟੜਿਆ। ਅਤੇ ਫਤਿਹਨਗਰ ਦੇ ਇੱਕ ਜ਼ਮੀਨਦਾਰ ਦੀ ਜ਼ਮੀਨ ਸੀ, ਉਹਨੇ ਫਿਰ ਜ਼ਮੀਨ ਗੁਰੂ ਸਾਹਿਬ ਨੂੰ ਵੇਚੀ ਸੀ ਪਹਿਲਾਂ ਨਾਂਹ ਨੁੱਕਰ ਕਰਨ ਤੋਂ ਬਾਅਦ। ਅਤੇ ਅੱਜ ਇੱਥੇ ਸੰਗਤਾਂ ਦਾ ਦੇਖੋ ਹੜ ਕਿੱਦਾਂ ਆਇਆ, ਦਿਹਾੜੀ ਫਰੀ ਹੋ ਕਾਸਟ। ਫੜੀ ਵਾਲੇ ਇੱਕ ਟੋਕਰੀ ਫਿਲਮ ਜੋ ਕਿ ਉੱਥੇ ਉੱਥੇ ਛੋਟਾ ਵਾ ਬਣਾਵਾ, ਉਹ ਕਪੜਾ ਮੈਂ ਪੀ ਬਸ ਇੱਦਾਂ ਵੇਖ ਮੈਂ ਟੋਕਰੀ ਚੋਕਰੀ।
ਅੱਜ ਗਰਮੀ ਬਹੁਤ ਜ਼ਿਆਦਾ ਵਾ, ਠੀਕ ਹੈ, ਗਰਮੀ ਬਹੁਤ ਜ਼ਿਆਦਾ ਵਾ, ਪਾਣੀ ਦੀ ਲੋੜ ਬਹੁਤ ਜ਼ਿਆਦਾ ਪੈਣ ਡੀ ਆ, ਪਰ ਫਿਰ ਵੀ ਸਾਨੂੰ ਸਾਨੂੰ ਸਾਹ ਵੇਖੋ ਖਾਓ ਖਾਓ ਲੱਗੀ ਉੱਧਰ ਪਾਣੀ ਦੀ ਪਾਣੀ ਪੀਓ ਜਿੰਨਾ ਮਰਜ਼ੀ। ਹਾਂ ਚੰਗਾ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਕੋਈ ਸਾਡੇ ਹੱਥ ਦੀ ਬਾਲਟੀ ਲੱਗੇ ਅਤੇ ਅਸੀਂ ਸੇਵਾ ਕਰੀਏ। ਸਾਡੀ ਗਰਮੀ ਬਹੁਤ ਜ਼ਿਆਦਾ ਵਾ, 5 ਮਿੰਟ ਬਾਅਦ ਮੂੰਹ ਜਿਹੜਾ ਵਾ ਉਹ ਡਰਾਈ ਹੋ ਰਿਹਾ, ਡੀਹਾਈਡਰੇਸ਼ਨ ਹੋ ਰਹੀ ਸੀ ਇਹਦੀ।